ਅਸੀਸ ਉਹਦੇ ਬਾਰੇ ਅੱਜ ਗੱਲਬਾਤ ਕਰਾਂਗੇ, ਜਿਹੜੀ ਪਹਿਲੇ ਦਿਨ ਤੋਂ ਹੀ ਡਾਕਟਰਾਂ ਨੇ ਕਹਿਤਾ ਸੀ ਇਹਦਾ ਬਚਣਾ ਮੁਮਕਿਨ ਨਹੀਂ ਹੈ ਅਤੇ ਇਹ ਠੀਕ ਨਹੀਂ ਰਹੇਗੀ ਆਪਣੀ ਜਿੰਨਾ ਵੀ ਲਾਈਫ ਇਹਦੀ ਹੋਊਗੀ। ਅਤੇ ਉਸ ਸੈਕਿੰਡ ਆਪਰੇਸ਼ਨ ਦੇ ਵਿੱਚ ਐਕਚੁਅਲੀ ਉਹਦੇ ਸਾਹ ਚਲੇ ਗਏ ਸੀਗੇ, ਉਹਨਾਂ ਨੇ ਮੈਨੂੰ ਆ ਕੇ ਕਿਹਾ ਕਿ ਡਨ ਹੋ ਗਈ ਸੀ, ਕਹਿੰਦੇ ਸੀ ਵੀ ਨਰਸ ਆਈ ਸੀ ਮੈਨੂੰ ਬਾਹਰ ਕਹਿਣ, ਕਹਿੰਦੀ ਕਿ ਬਹੁਤ ਘੱਟ ਚਾਂਸ ਆ ਵੀ ਉਹਨੂੰ ਰਿਸੈਸੀਟੇਟ ਕਰ ਰਹੇ ਆ, CPR ਵਗੈਰਾ ਦੇ ਰਹੇ, ਉਹਨਾਂ ਨੂੰ ਇਲੈਕਟ੍ਰਿਕ ਸ਼ੌਕ ਦੇ ਕੇ ਜਿੱਦਾਂ ਕੀਤਾ ਸੀਗਾ। ਮੇਰੇ ਹਸਬੈਂਡ ਜਿੱਦਾਂ ਤੁਹਾਨੂੰ ਪਤਾ ਉਹ ਵੀ ਇਸ ਦੁਨੀਆਂ 'ਚ ਨਹੀਂ ਰਹੇ, ਸੋ 11 ਮਹੀਨੇ ਪਹਿਲਾਂ ਅਸੀਂ ਇਸ ਤੋਂ ਉਹ ਤੁਰ ਗਏ ਆ। ਅੱਛਾ, ਸਾਨੂੰ ਨਹੀਂ ਪਤਾ ਸੀ, ਵੈਰੀ ਸੌਰੀ। ਯਾ 11 ਮੰਥਸ ਸਾਲ ਹੋ ਗਿਆ ਉਹਨਾਂ ਨੂੰ ਗਿਆ ਨੂੰ। ਓਕੇ, ਐਂਡ ਮਹਿਸੂਸ ਹੋ ਰਿਹਾ ਕਿ ਜਿਵੇਂ ਅੱਜ ਵੀ ਅਸੀਸ ਜਿਹੜੀ ਆ ਉਹ ਇੱਥੇ ਬੈਠੀ ਆ, ਉਹਨੇ ਗੱਲਬਾਤ ਨਹੀਂ ਕੀਤੀ ਕਦੇ ਤੇ ਬੋਲੀ ਵੀ ਨਹੀਂ, ਕਹਿੰਦੇ ਆ ਉਹ 2.5 ਸਾਲਾਂ ਦੀ ਸੀ, ਕੁਛ ਨਹੀਂ ਬੋਲ ਰਹੀ ਸੀ ਤੇ ਮੈਨੂੰ ਟੈਸਟ ਵਗੈਰਾ ਹੋਏ, ਪਹਿਲਾਂ ਤਾਂ ਕਾਫੀ ਉਹਦੀ ਸਰਜਰੀਆਂ ਹੋਈਆਂ। ਬੱਚੇ ਘਰ ਦੀ ਰੌਣਕ ਹੁੰਦੇ ਆ, ਬੱਚਿਆਂ ਨਾਲ ਹੀ ਅੱਗਿਓਂ ਸੰਸਾਰ ਚੱਲਦਾ, ਮਾਂ ਪਿਓ ਜਿਹੜੇ ਹੁੰਦੇ ਆ ਉਹ ਬੱਚਿਆਂ ਦੇ ਭਵਿੱਖ 'ਤੇ ਮੁਤਾਸਰ ਹੁੰਦੇ ਆ, ਉਹਨਾਂ ਨੂੰ ਬੜੀਆਂ ਆਸਾਂ ਹੁੰਦੀਆਂ ਸਾਡੇ ਬੱਚੇ ਹੋਣਗੇ, ਸਾਡੇ ਬੱਚੇ ਫਿਰ ਵੱਡੇ ਹੋਣਗੇ, ਜਵਾਨ ਹੋਣਗੇ, ਉਹਨਾਂ ਦੇ ਵਿਆਹ ਕੀਤੇ ਜਾਣਗੇ, ਫਿਰ ਅਸੀਂ ਆਪਣੇ ਪੋਤੇ ਪੋਤੀਆਂ ਦੋਹਤੇ ਦੋਹਤੀਆਂ ਦੇਖਾਂਗੇ। ਪਰ ਬਹੁਤ ਸਾਰੇ ਪਰਿਵਾਰ ਅਜਿਹੇ ਹੋਏ ਆ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ, ਜਾਂ ਜੇ ਹੋ ਵੀ ਜਾਂਦੇ ਆ ਤਾਂ ਉਹਨਾਂ 'ਤੇ ਉਹਨਾਂ 'ਚ ਕੋਈ ਪ੍ਰੋਬਲਮ ਹੁੰਦੀ ਆ, ਉਹਨਾਂ ਦੇ ਡਾਕਟਰਸ ਇਹ ਕਹਿ ਦਿੰਦੇ ਆ ਕਿ ਇਹ ਬੱਚੇ ਜਿਹੜੇ ਆ ਇਹ ਠੀਕ ਨਹੀਂ ਹੋਣਗੇ। ਪਹਿਲੇ ਦਿਨ ਤੋਂ ਜੇ ਕਹਿ ਦਿੱਤਾ ਜਾਵੇ ਇੱਕ ਮਾਂ ਨੂੰ, ਉਸ ਮਾਂ 'ਤੇ ਕੀ ਬੀਤਦੀ ਹੋਊਗੀ। ਅਤੇ ਇਹ ਇੱਕ ਅਜਿਹੀ ਸਟੋਰੀ ਲੈ ਕੇ ਤੁਹਾਡੇ ਸਾਹਮਣੇ ਪੰਜਾਬ ਮੇਲ ਦੇ ਦਰਸ਼ਕਾਂ ਲਈ ਲੈ ਕੇ ਆਏ ਹਾਂ। ਬ੍ਰੈਂਪਟਨ ਕੈਨੇਡਾ ਦੇ ਅਮਨ ਬੈਂਸ ਉਹ ਇੱਥੇ ਰਹਿੰਦੇ ਆ, ਉਹਨਾਂ ਨਾਲ ਇਹ ਬੀਤੀ ਆ ਅਤੇ ਉਹਨਾਂ ਦੀ ਆਪਣੀ ਬੇਟੀ ਅਸੀਸ ਉਹਦੇ ਬਾਰੇ ਅੱਜ ਗੱਲਬਾਤ ਕਰਾਂਗੇ, ਜਿਹੜੀ ਪਹਿਲੇ ਦਿਨ ਤੋਂ ਹੀ ਡਾਕਟਰਾਂ ਨੇ ਕਿਹਾ ਸੀ ਇਹਦਾ ਬਚਣਾ ਮੁਮਕਿਨ ਨਹੀਂ ਹੈ ਅਤੇ ਇਹ ਠੀਕ ਨਹੀਂ ਰਹੇਗੀ ਆਪਣੀ ਜਿੰਨਾ ਵੀ ਲਾਈਫ ਇਹਦੀ ਹੋਊਗੀ। ਉਹਦੀ ਮਾਂ ਨੇ ਬੜਾ ਸਟਰਗਲ ਕਰਕੇ ਉਸ ਬੱਚੇ ਨੂੰ ਜਿੰਨਾ ਵੀ ਹੋ ਸਕਿਆ ਉਹਨੂੰ ਸੰਭਾਲਿਆ, ਉਹਨੂੰ ਪਾਲਿਆ, ਉਹਨੂੰ ਪਿਆਰ ਦਿੱਤਾ, ਕਿਉਂਕਿ ਇਹਨੂੰ ਪਤਾ ਸੀ ਕਿ ਇਹ ਮੇਰੇ ਨਾਲ ਇੱਕ ਮਹਿਮਾਨ ਦੇ ਤੌਰ 'ਤੇ ਰਹਿ ਰਹੀ ਆ। ਅਤੇ ਆਓ ਸਭ ਤੋਂ ਪਹਿਲਾਂ ਤਾਂ ਅਮਨ ਦਾ ਸਵਾਗਤ ਕਰੀਏ। ਅਮਨ, ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੇਰੇ ਸਾਰੇ ਲਿਸਨਰਸ। ਅਮਨ, ਮੈਂ ਕੁਛ ਜੋ ਮੈਨੂੰ ਪਤਾ ਸੀ ਮੈਂ ਆਪਣੇ ਪੰਜਾਬ ਮੇਲ ਦੇ ਦਰਸ਼ਕਾਂ ਨਾਲ ਸਾਂਝਾ ਕੀਤਾ। ਹਾਂਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਬੇਟੀ ਬਾਰੇ, ਕੀ ਉਹਦੀ ਬੈਕਗ੍ਰਾਉਂਡ ਸੀ? ਮੇਰੀ ਬੇਟੀ 25 ਅਗਸਤ 2010 'ਚ ਉਹਦਾ ਜਨਮ ਹੋਇਆ ਸੀਗਾ ਅਤੇ ਉਹ ਹੋਈ ਸੀ ਸਪੈਸ਼ਲ ਸੀ, ਉਹਨੂੰ ਜੋ ਡਾਇਗਨੋਸਿਸ ਦਿੱਤਾ ਗਿਆ ਸੀ 3 ਮਹੀਨੇ ਬਾਅਦ ਡਾਕਟਰਾਂ ਨੇ ਦਿੱਤਾ ਸੀਗਾ ਵਿਲੀਅਮ ਸਿੰਡਰਮ ਦਾ। ਉਹ ਇੱਕ ਰੇਅਰ ਜਨੈਟਿਕ ਡਿਸਆਰਡਰ ਹੈਗਾ ਜਿਹੜਾ ਇੱਕ ਬੱਚੇ ਨੂੰ 25,000 'ਚ ਹੁੰਦਾ ਹੈਗਾ, ਵੈਰੀ ਰੇਅਰ। ਅੱਛਾ। ਅਤੇ ਵੈਸੇ ਯਾਰ ਫਲੂਕ ਹੋਇਆ ਸੀਗਾ, ਉੱਦਾਂ ਜਨੈਟਿਕ ਹੁੰਦੀ ਆ, ਇਹ ਫੈਮਿਲੀ ਦੇ ਵਿੱਚੋਂ ਪ੍ਰੋਬਲਮ ਹੁੰਦੀ ਜੇ ਤੁਹਾਡੀ ਫੈਮਿਲੀ 'ਚ ਕਿਸੇ ਨੂੰ ਹੋਵੇ, ਪਰ ਮੇਰੇ ਅਤੇ ਮੇਰੇ ਹਸਬੈਂਡ ਦੇ ਜਨੈਟਿਕ ਟੈਸਟਿੰਗ ਵਗੈਰਾ ਹੋਏ ਸੀਗੇ DNA, ਸੋ ਸਾਡੀ ਸਾਈਡ ਵੱਲੋਂ ਕਲੀਅਰ ਸੀ, ਇਹ ਕੁਦਰਤੀ ਪਰਮਾਤਮਾ ਵੱਲੋਂ ਹੀ ਇਹ ਲੱਖਾਂ ਬੰਦਿਆਂ ਚੋਂ ਇੱਕ ਨੂੰ ਕਿਤੇ ਬਾਈ ਚਾਂਸ ਮਿਲਦੇ ਹਨ। 1 in 25,000 ਮੈਨ। ਹਾਂਜੀ, ਕਿੰਨੀ ਏਜ ਸੀ ਉਹਦੀ ਜਦੋਂ ਇਸ ਸੰਸਾਰ ਨੂੰ ਛੱਡ ਕੇ ਚਲੇ ਗਈ? ਉਹ ਰੀਸੈਂਟਲੀ 4 ਮਹੀਨੇ, ਅੱਜ 28 ਤਰੀਕ ਨੂੰ 4 ਮਹੀਨੇ ਹੋਣੇ ਰੀਸੈਂਟਲੀ।
ਰੀਸੈਂਟਲੀ April 28 ਨੂੰ ਪੂਰੀ ਹੋਈ ਹੈ। ਕਿੰਨੀ ਸੀ ਉਹਦੇ ਤੁਸੀਂ ਦੱਸਿਆ? 13 ਸਾਲ ਦੀ। 13 ਸਾਲ ਹਾਂਜੀ, ਅਗਲੇ ਸੰਡੇ 2 ਵੀਕਾਂ ਨੂੰ 14 ਸਾਲ ਦੀ ਹੋ ਜਾਣਾ, 25 ਤਰੀਕ ਨੂੰ। ਓਕੇ ਹਾਂਜੀ। ਕੀ ਮਹਿਸੂਸ ਕਰਦੇ ਹੋ ਤੁਸੀਂ ਹੁਣ ਇਕੱਲੇ ਰਹਿ ਗਏ, ਤੁਹਾਡੇ ਆਸੇ-ਪਾਸੇ ਕੋਈ ਨਹੀਂ, ਹੋਰ ਬੱਚਾ ਹੈ ਨਹੀਂ? ਬੱਚੀ ਹੈਗੀ ਆ, ਬੱਚੀ ਇੱਕ ਹੋਰ ਆ, ਉਹ ਠੀਕ ਆ, ਉਹ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਲਾਈਕ ਸ਼ੀ ਇਸ ਹੈਲਥੀ। ਐਂਡ ਇੱਕ ਬੇਟੀ ਮੈਂ ਅਡਾਪਟ ਵੀ ਕੀਤੀ ਹੈਗੀ ਆ, ਉਹ ਆਸਟ੍ਰੇਲੀਆ ਦੇ ਵਿੱਚ ਆ, ਉਹ ਪੜ੍ਹ ਲਈ, ਜੌਬ ਕਰਦੀ ਹੈ ਵਧੀਆ। ਆਓ ਆਪਾਂ ਕੁਝ ਹੋਰ ਵੀ ਗੱਲਾਂ ਕਰਦੇ ਹਾਂ, ਕਿਉਂਕਿ ਬ੍ਰੈਂਪਟਨ ਦੇ ਸ਼ਹਿਰ ਵਿੱਚ ਆਪਾਂ ਆਏ ਹੋਏ ਆ। ਹਾਂਜੀ ਹਾਂਜੀ। ਤੇ ਤੁਹਾਡੇ ਘਰ ਦੇ ਕੋਲੇ ਆ ਇਹ ਜਿਹੜਾ ਮਾਲ ਆ? ਹਾਂਜੀ। ਤੇ ਇਹ ਜਦੋਂ ਤੁਸੀਂ ਦੱਸਿਆ ਕਿ ਬੱਚਾ ਹੋਇਆ ਸੀ, ਅਸੀਸ ਹੋਈ ਸੀ ਜਦੋਂ, ਹਾਂਜੀ, ਡਾਕਟਰਸ ਨੇ ਪਹਿਲਾਂ ਹੀ ਤੁਹਾਨੂੰ ਦੱਸ ਦਿੱਤਾ ਸੀਗਾ, ਹੈ ਨਾ? ਜਦੋਂ ਡਾਕਟਰ ਨੇ ਪਹਿਲਾਂ ਨਹੀਂ ਦੱਸਿਆ ਸੀ, ਜਦੋਂ ਹੋਈ ਸੀ ਉਹ ਹੋਈ ਬਲੂ ਸੀਗੀ, ਬਲੂ ਕਲਰ ਚ, ਹਾਂ ਪੂਰਾ ਉਹਦਾ ਸੀਗਾ। ਤੇ ਉਸੇ ਵੇਲੇ ਜਿਹੜੀ ਗਾਇਨੋਕੋਲੋਜੀ, ਇਹ ਸੈਕੰਡ ਬੱਚਾ ਸੀ ਤੁਹਾਡਾ? ਹਾਂਜੀ, ਮੇਰੀ ਦੂਸਰੀ ਬੇਟੀ ਸੀ। ਓਕੇ। 19 ਮਹੀਨਿਆਂ ਦਾ ਉਹਨਾਂ ਦਾ ਫਰਕ ਸੀਗਾ। ਓਕੇ। ਸੋ ਮੈਂ ਪ੍ਰੋਬਲਮ ਤਾਂ ਲਾਈਕ ਪ੍ਰੈਗਨੈਂਸੀ ਦੇ ਵਿੱਚ ਕਾਫੀ ਮੁਸ਼ਕਲ ਆਈਆਂ ਸੀ ਮੈਨੂੰ, ਸੋ ਡਾਕਟਰ ਕਹਿ ਰਹੇ ਸੀ ਮੈਨੂੰ ਕੋਈ ਪ੍ਰੋਬਲਮ ਹੈਗੀ ਆ, ਪਰ ਸ਼ੀ ਵਾਸ ਬੋਰਨ ਸੇ। ਠੀਕ ਆ। ਹਾਂਜੀ, ਉਸੇ। ਜਦੋਂ ਤੁਸੀਂ ਇਸ ਤਰ੍ਹਾਂ ਦੇ ਬੱਚਿਆਂ ਨੂੰ ਖੇਡਦੇ ਦੇਖਦੇ ਹੋ, ਤੁਹਾਡੇ ਦਿਲ ਤੇ ਕੀ ਬੀਤਦੀ ਹੈ? ਉਹ ਤਾਂ ਅਨਐਕਸਪਲੇਨੇਬਲ, ਲਾਈਕ ਦੱਸ ਹੀ ਨਹੀਂ ਸਕਦੀ ਵੀ ਮੈਂ ਕੀ ਬੀਤਦੀ ਆ ਮੇਰੇ। ਕਦੇ ਮੈਂ ਲੈ ਕੇ ਆਉਂਦੀ ਹੁੰਦੀ ਸੀ ਇਹਨੂੰ, ਇੱਥੇ ਲੈ ਕੇ ਆਉਂਦੀ, ਇੱਥੇ ਬਹੁਤ ਵਾਰੀ ਲੈ ਕੇ ਆਉਂਦੀ, ਅਸੀਂ ਇੱਥੇ ਬੈਠੀ ਆ ਇਸ ਘੋੜੇ ਤੇ, ਬਹੁਤ ਯਾਦਾਂ। ਹਾਂਜੀ ਹਾਂਜੀ, ਅਸੀਂ ਉਹਦੇ ਵਿੱਚ ਬੈਠੇ ਸੀ। ਮੈਂ ਚਾਹਾਂਗਾ ਸ਼ਰਦਾ ਸਾਹਿਬ, ਪਲੀਜ਼ ਇੱਧਰ ਵੀ ਦਿਖਾਓ ਬੱਚੇ, ਮਹਿਸੂਸ ਹੋ ਰਿਹਾ ਕਿ ਜਿਵੇਂ ਅੱਜ ਵੀ ਅਸੀਸ ਜਿਹੜੀ ਆ ਉਹ ਇੱਥੇ ਬੈਠੀ ਆ। ਉਹਨੇ ਗੱਲਬਾਤ ਨਹੀਂ ਕੀਤੀ ਕਦੇ ਤੇ ਬੋਲੀ ਵੀ ਨਹੀਂ? ਕਹਿੰਦੇ ਆ ਉਹ 2.5 ਸਾਲਾਂ ਦੀ ਸੀ, ਕੁਛ ਨਹੀਂ ਬੋਲ ਰਹੀ ਸੀ। ਤੇ ਮੈਨੂੰ ਟੈਸਟ ਵਗੈਰਾ ਹੋਏ, ਪਹਿਲਾਂ ਤਾਂ ਕਾਫੀ ਉਹਦੀ ਸਰਜਰੀਆਂ ਹੋਈਆਂ ਜੀ, 5 ਮਹੀਨੇ ਦੀ ਸੀ ਉਹਦੀ ਬਾਈਪਾਸ, 13 ਘੰਟੇ ਦੀ ਸਰਜਰੀ ਸੀ ਜਿਹੜੀ ਹੋਈ ਸੀਗੀ। ਐਂਡ ਉਸ ਤੋਂ ਬਾਅਦ 3 ਮਹੀਨੇ ਬਾਅਦ ਉਹਦੀ ਸਰਜਰੀ ਆਪਾਂ ਖਰਾਬ ਹੋ ਗਈ ਸੀਗੀ। ਅੱਛਾ। ਸੋ ਉਹਨਾਂ ਨੇ ਡਿਕਲੇਅਰ ਕੀਤਾ ਸੀਗਾ ਕਿ ਲਾਈਕ ਦੁਬਾਰਾ ਫਿਰ ਬਾਈਪਾਸ ਕਰਨੀ ਪੈਣੀ ਹੈਗੀ ਆ। ਅੱਛਾ, ਦੂਰ। ਸੋ ਉਹਨਾਂ ਨੇ 8 ਮਹੀਨੇ ਦੀ ਸੀ ਜਦੋਂ ਦੁਬਾਰਾ ਉਹਨਾਂ ਨੇ ਆਪਰੇਸ਼ਨ ਕੀਤਾ, ਤੇ ਉਸ ਸੈਕਿੰਡ ਆਪਰੇਸ਼ਨ ਦੇ ਵਿੱਚ ਐਕਚੁਅਲੀ ਉਹਦੇ ਸਾਹ ਚਲੇ ਗਏ ਸੀਗੇ। ਉਹਨਾਂ ਨੇ ਮੈਨੂੰ ਆ ਕੇ ਕਿਹਾ ਕਿ ਡਾਕਟਰ ਡਨ ਹੋ ਗਈ ਸੀ, ਡਨ ਹੋ ਗਈ ਸੀ। ਕਹਿੰਦੇ ਸੀ ਵੀ ਨਰਸ ਆਈ ਸੀ ਮੈਨੂੰ ਬਾਹਰ ਕਹਿਣ, ਕਹਿੰਦੀ ਕਿ ਬਹੁਤ ਘੱਟ ਚਾਂਸ ਆ ਵੀ ਉਹਨੂੰ ਰਿਸੈਸੀਟੇਟ ਕਰ ਰਹੇ ਆ, CPR ਵਗੈਰਾ ਦੇ ਰਹੇ। ਉਹਨਾਂ ਨੂੰ ਇਲੈਕਟ੍ਰਿਕ ਸ਼ਾਕ ਦੇ ਕੇ ਜਿੰਦਾ ਕੀਤਾ ਸੀਗਾ। ਅੱਛਾ, ਆਰਟੀਫੀਸ਼ੀਅਲ ਵੀ ਉਹਨੂੰ ਵੀ ਟ੍ਰੀਟਮੈਂਟ ਕੀਤਾ ਉਹਦਾ? ਹਾਂਜੀ, ਉਹਦਾ ਉਹ ਜਿਹੜੇ ਇਲੈਕਟ੍ਰਿਕ ਸ਼ਾਕ ਦਿੰਦੇ ਉਹਨੂੰ ਦੇ ਕੇ ਜਿੰਦਾ ਦੁਬਾਰਾ ਉਹਨੂੰ ਜ਼ਿੰਦਗੀ ਮਿਲੀ। ਉਹ ਕਿੰਨੀ ਉਮਰ ਸੀ ਦੱਸਿਆ? ਉਦੋਂ 8 ਮਹੀਨਿਆਂ ਦੀ ਸੀ। ਸਿਰਫ 8 ਮਹੀਨੇ? ਹਾਂਜੀ, ਪਰ ਉਹ ਰਹੀ 13 ਸਾਲ ਤੱਕ। 13 ਸਾਲ, ਫਿਰ 2.5 ਸਾਲਾਂ ਦੀ ਜੋ ਡਾਕਟਰਾਂ ਨੇ ਮੈਨੂੰ ਕਹਿਤਾ ਸੀਗਾ ਵੀ ਇਹਦੇ ਕਦੇ ਇਹਨੇ ਬੋਲਣਾ ਨਹੀਂ, ਕਦੇ ਇਹਨੇ ਤੋਰਨਾ ਨਹੀਂ, 1% ਆ ਉਹ ਜਿਹੜਾ 1% ਸੀਗਾ। ਮੈਂ ਉਹ ਬੜੇ ਹੌਸਲੇ ਨਾਲ ਉਸ ਟਾਈਮ 6-7 ਡਾਕਟਰ ਸੀਗੇ ਜਦੋਂ ਸਾਡੀ ਸਿੱਖ ਕਿਡਜ਼ ਮੀਟਿੰਗ ਹੋਈ ਸੀ, ਤਾਂ ਉਹਨਾਂ ਨੂੰ ਕਿਹਾ ਮੈਂ ਕਿਹਾ ਮੇਰੀ ਕੁੜੀ ਬੋਲੂਗੀ ਵੀ ਕਿ ਤੁਰੂਗੀ ਵੀ। ਅੱਛਾ। ਉਹ ਕਹਿੰਦੇ ਦੈਟਸ ਗੁੱਡ, ਵੀ ਹੋਪ ਕਰਨੀ ਵਧੀਆ ਵੀ ਯੂ ਨੋ ਇਟਸ ਗੁੱਡ। ਅੱਛਾ, ਤੁਹਾਡੇ 'ਚ ਹੈਗੀ ਸੀ ਇਹ ਗੱਲਬਾਤ ਵੀ ਤੁਹਾਨੂੰ ਉਮੀਦ ਸੀ? ਮੈਂ ਕਹਿਤਾ ਸੀ ਉਹਨਾਂ ਨੂੰ, ਮੈਂ ਉੱਥੇ ਟੇਬਲ 'ਤੇ ਮੈਂ ਉਹਨਾਂ ਦੇ ਨਾਂ ਵੀ ਲਿੱਤੇ, ਲਿਖ ਕੇ ਇੱਕ ਇੱਕ ਡਾਕਟਰ ਜਿਹੜਾ ਸੀਗਾ ਉਹਨਾਂ ਦੇ ਨਾਂ ਲਿਖ ਕੇ ਮੈਂ ਕਿਹਾ ਮੇਰੀ ਕੁੜੀ ਬੋਲੂਗੀ ਵੀ ਅਤੇ ਤੁਰੂਗੀ। ਜਦੋਂ ਤੁਰੀ ਅਤੇ ਉਹ ਦਿਨ ਆਇਆ, ਮੈਂ ਖੁਦ ਆਪਣੀ ਬੇਟੀ ਨੂੰ ਤੋਰ ਕੇ ਤੁਹਾਡੇ ਕੋਲ ਲੈ ਕੇ ਆਊਂ। ਵੈਰੀ ਗੁੱਡ। ਸੋ ਤੁਰ ਪਈ ਉਸ ਦਿਨ, ਕੀ ਹੋਇਆ ਕਿ ਜਦੋਂ ਮੈਂ ਡਰਾਈਵ ਹਾਸਪਿਟਲ 'ਚ ਚਲੀ ਗਈ, ਹਾਈਵੇ 'ਤੇ ਮੈਂ ਬਹੁਤ ਇਮੋਸ਼ਨਲ ਸੀ। ਇੱਕ ਮਾਂ ਵਾਸਤੇ ਪਤਾ ਲੱਗੇ ਕਿ ਤੁਹਾਡੇ ਬੇਟੀ ਨੇ ਕਦੇ ਬੱਚੇ ਨੇ ਕਦੇ ਬੋਲਣਾ ਨਹੀਂ, ਤੁਰਨਾ ਨਹੀਂ, ਬਹੁਤ ਵੱਡਾ ਧੱਕਾ ਲੱਗਿਆ ਸੀ ਉਸ ਦਿਨ। ਫਿਰ ਮੈਂ ਹਾਈਵੇ ਤੋਂ ਪਾਸੇ ਇੱਕ ਸਟਰੀਟ ਕੱਢ ਕੇ 1 ਘੰਟਾ ਮੈਂ ਰੋਈ। ਅੱਛਾ। ਰੋਣ ਤੋਂ ਬਾਅਦ ਸੀਸ ਪਿੱਛੇ ਸੀ ਬੈਕ ਸੀਟ ਦੇ ਵਿੱਚ, ਅਤੇ ਉਦੋਂ ਬਾਅਦ 'ਚ ਮੈਂ ਪਲਾਨ ਬਣਾਇਆ ਘਰ ਆ ਕੇ, ਸਾਰੀ ਰਾਤ ਮੈਂ ਰਿਸਰਚ ਕੀਤੀ, ਸੋਚਿਆ ਕੀ ਕਰਨਾ। ਦੂਜੇ ਦਿਨ ਮੈਂ ਆਪਣੀ ਬੇਟੀ ਨੂੰ
ਡੇ ਕੇਅਰ ਜਾ ਕੇ ਰਜਿਸਟਰ ਕਰਾ ਕੇ ਤੀਜੇ ਦਿਨ ਮੈਂ ਉਹਨਾਂ ਨੂੰ ਡੇ ਕੇਅਰ ਛੱਡ ਆਉਂਦਾ ਸੀਗਾ। ਠੀਕ ਹੈ, ਮੈਂ ਤੁਹਾਨੂੰ ਇਸ ਥਾਂ 'ਤੇ ਤਾਂ ਲੈ ਕੇ ਆਇਆ ਕਿਉਂਕਿ ਤੁਹਾਡੀ ਜਿਹੜੀਆਂ ਯਾਦਾਂ ਹਾਂਜੀ ਉਹ ਇਸ ਥਾਂ ਨਾਲ ਜੁੜੀਆਂ ਹੋਈਆਂ। ਬਹੁਤ ਸਾਰੇ ਬੱਚਿਆਂ ਦੇ ਝੂਲੇ ਆ, ਬੱਚਿਆਂ ਦੇ ਖਿਡੌਣੇ ਆ, ਅਤੇ ਮੈਂ ਚਾਹੁੰਦਾ ਸੀ ਕਿ ਤੁਹਾਡੇ ਜਿਹੜੀਆਂ ਯਾਦਾਂ ਇੱਕ ਵਾਰੀ ਮਤਲਬ ਰਹਿਣੀਆਂ ਤਾਂ ਤਾਜ਼ਾ ਹੀ ਹੈ, ਪਰ ਤੁਸੀਂ ਆਪਣੀਆਂ ਯਾਦਾਂ ਨੂੰ ਰੱਖਣ ਲਈ ਅਤੇ ਉਹ ਤੁਸੀਂ ਇੱਕ ਨਵੀਂ ਚੀਜ਼ ਕੋਈ ਸ਼ੁਰੂ ਕੀਤੀ, ਸਾਨੂੰ ਪਤਾ ਲੱਗਿਆ ਕੋਈ ਐਸੋਸੀਏਸ਼ਨ ਹੈ ਸਮਥਿੰਗ, ਮੈਨੂੰ ਉਹਦੇ ਬਾਰੇ ਦੱਸੋ ਵੀ ਕੀ ਤੁਸੀਂ ਕਰ ਰਹੇ ਹੋ ਅਸੀਸ ਦੇ ਨਾਂ 'ਤੇ। ਮੈਂ ਇੱਕ ਉਹਦੀ ਲੈਗੇਸੀ ਔਨ ਰੱਖਣ ਵਾਸਤੇ ਅਸੀਸ ਪ੍ਰੋਡਕਸ਼ਨ ਸ਼ੁਰੂ ਕੀਤੀ ਆ ਜੀ। ਉਹ ਵੱਖਰੀ ਪ੍ਰੋਡਕਸ਼ਨ ਕੰਪਨੀ ਆ, ਹੈ ਤਾਂ ਇੰਟਰਟੇਨਮੈਂਟ ਮਿਊਜ਼ਿਕ ਦੇ ਨਾਲ ਜੁੜੀ ਹੋਈ ਆ, ਪਰ ਵੱਖਰੀ ਇੱਦਾਂ ਹੈ ਕਿ ਜਿਹੜੇ ਆਪਣੇ ਬੱਚੇ ਜਿਹੜੇ ਸਪੈਸ਼ਲ ਹੈਗੇ ਆ ਉਹਨਾਂ ਨੂੰ ਮੈਂ ਪ੍ਰਾਇਓਰਟੀ ਦਿੱਤੀ ਜਾਊਗੀ, ਕਿਉਂਕਿ ਜਿਨ੍ਹਾਂ ਦੇ ਵਿੱਚ ਸਿੰਗਿੰਗ ਦਾ ਟੈਲੈਂਟ ਹੈਗਾ ਜੀ। ਸੋ ਆਪਣੇ ਬੱਚੇ ਮੈਂ ਬਹੁਤ ਦੇਖੇ ਆ, ਸਾਰੇ ਗਾਮਾ ਪਾ, ਵੋਇਸ ਆਫ ਪੰਜਾਬ, ਆਪਣੇ ਕੋਈ ਲਾਈਕ ਬਲਾਈਂਡ ਬੱਚੇ ਹੁੰਦੇ ਆ ਜਾਂ ਕੋਈ ਉਹਨਾਂ ਦੇ ਹੈਂਡੀਕੈਪਡ ਕੋਈ ਇੱਦਾਂ ਦੇ ਕੁਛ ਹੈਗੇ ਆ, ਉਹ ਉਸ ਦੇ ਪਲੇਟਫਾਰਮ ਤੱਕ ਹੀ ਜਾ ਗਏ ਆ, ਜਿੱਦਾਂ ਸਾਰੇ ਗਾਮਾ ਪਾ, ਵੋਇਸ ਆਫ ਪੰਜਾਬ, ਲਿਟਲ ਚੈਂਪਸ, ਉਦੋਂ ਅੱਗੇ ਨਹੀਂ ਵਧੇ। ਓਕੇ, ਸੋ ਮੈਂ ਚਾਹੁੰਦੀ ਉਹ ਬੱਚੇ ਵੀ ਜਿਨ੍ਹਾਂ ਵਿੱਚ ਸਿੰਗਿੰਗ ਦਾ ਟੈਲੈਂਟ ਹੈਗਾ ਉਹਨਾਂ ਨੂੰ ਅਸੀਂ ਨਿਖਾਰੀਏ ਹੋਰ। ਉਹਨ ਮੇਰੇ ਨਾਲ ਬਹੁਤ ਔਰਗਨਾਈਜੇਸ਼ਨ ਜੁੜ ਚੁੱਕੇ ਆ ਜਿਹੜੇ ਉਸ ਬੱਚਿਆਂ ਨੂੰ ਆਪਣੇ ਵਿੰਗਸ ਦੇ ਅੰਡਰ ਲੈ ਕੇ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਦੇ ਕੇ ਅਤੇ ਆਪਾਂ ਉਹਨਾਂ ਨੂੰ ਨਿਖਾਰਾਂਗੇ ਅਤੇ ਸੀਸ ਪ੍ਰੋਡਕਸ਼ਨ ਦਾ ਇੱਕ ਇਹੋ ਜਿਹਾ ਪਲੇਟਫਾਰਮ ਦੇਵਾਂਗੇ ਜਿਹੜੇ ਕਿ ਅੱਗੇ ਦੁਨੀਆਂ ਵਿੱਚ ਉਹਨਾਂ ਦਾ ਟੈਲੈਂਟ ਅਸੀਂ ਦਿਖਾ ਸਕੀਏ, ਨਾ ਕਿ ਉਹਨਾਂ ਦਾ ਬੇਸਿਕ। ਇਹ ਜਿਹੜਾ ਤੁਸੀਂ ਪਲੇਟਫਾਰਮ ਤਿਆਰ ਕੀਤਾ ਸਿਰਫ ਬੱਚਿਆਂ ਲਈ ਹੈ ਨਾ? ਨਹੀਂ, ਬੱਚਿਆਂ ਸੇ ਇਟਸ ਫॉर एवरीबॉडी। ਫॉर एवरीबॉडी, ਹਾਂਜੀ। ਓਕੇ, ਇਹ ਇੱਕ ਸਿਰਫ ਇੱਕ ਮੇਰਾ ਪਾਰਟ ਆ, ਮੇਰੇ ਜਿਹੜੇ ਜਿੱਦਾਂ ਕਾਫੀ ਕੁਝ ਇਹਦੇ ਅੰਦਰ ਆ ਰਿਹਾ ਹੈ ਸੀਸ ਪ੍ਰੋਡਕਸ਼ਨ ਦੇ। ਅੱਛਾ, ਸੋ ਲਾਈਕ ਆਪਾਂ ਸ਼ੋਜ਼ ਵੀ ਕਰਵਾਵਾਂਗੇ, ਆਪਾਂ ਜਿੱਦਾਂ ਟੂਰ ਕੈਨੇਡਾ ਟੂਰਸ ਵਗੈਰਾ ਵੀ ਕਰਾਵਾਂਗੇ, ਬਾਕੀ ਵੈਬ ਸੀਰੀਜ਼ ਦਾ ਵੀ ਮੇਰਾ ਪਲਾਨ ਹੈਗਾ, ਕੋਈ ਇਹੋ ਜਿਹੀ ਵੈਬ ਸੀਰੀਜ਼ ਮੈਂ ਲੈਣਾ ਚਾਹੂੰਗੀ ਆਪਣੇ ਅੰਡਰ ਕਿ ਜਿਹੜੀ ਆਪਣੇ ਇਸ ਇਹਦੇ ਨਾਲ ਰਿਲੇਟਡ ਹੈਗੀ ਆ। ਠੀਕ ਹੈ, ਯਾ ਸਮਥਿੰਗ ਟੂ ਡੂ ਵਿਦ ਸਪੈਸ਼ਲ ਬੱਚੇ। ਤੁਸੀਂ ਅਸੀਸ ਜਾਣ ਤੋਂ ਪਹਿਲਾਂ ਵੀ ਕੋਈ ਇਸ ਤਰ੍ਹਾਂ ਦਾ ਸ਼ੌਂਕ ਰੱਖਿਆ ਸੀ ਗਾਇਕੀ ਵਿੱਚ ਜਾਂ ਕੋਈ ਹੋਰ ਕੋਈ ਐਕਟੀਵਿਟੀਜ਼, ਕੋਈ ਸ਼ੋਜ਼, ਇਸ ਤਰ੍ਹਾਂ ਦਾ ਕੋਈ ਰੱਖਿਆ ਸੀ? ਮੇਰੀ ਹਮੇਸ਼ਾ ਐਂਟਰਟੇਨਮੈਂਟ ਵਿੱਚ ਸੀਗੀ ਮੇਰੀ ਰੁਚੀ ਰਹੀ ਹੈ। ਹਾਂਜੀ, ਪਰ ਮੇਰੇ ਬਾ ਹਸਬੈਂਡ ਜਿੱਦਾਂ ਤੁਹਾਨੂੰ ਪਤਾ ਉਹ ਵੀ ਇਸ ਦੁਨੀਆ 'ਚ ਨਹੀਂ ਰਹੇ, ਸੋ 11 ਮਹੀਨੇ ਪਹਿਲਾਂ ਅਸੀਸ ਤੋਂ ਉਹ ਤੁਰ ਗਏ ਆ। ਅੱਛਾ, ਸਾਨੂੰ ਨਹੀਂ ਪਤਾ ਸੀ, ਵੈਰੀ ਸੌਰੀ। ਯਾ 11 ਮੰਥਸ ਸਾਲ ਹੋ ਗਿਆ ਉਹਨਾਂ ਨੂੰ ਗਿਆ ਨੂੰ। ਓਕੇ, ਐਂਡ ਵੈਰੀ ਸੌਰੀ। ਤੇ 11 ਮਹੀਨੇ ਬਾਅਦ ਅਸੀਸ ਗਈ ਆ, ਉਸ ਉਹਨਾਂ ਦੇ ਇਨ ਬਿਟਵੀਨ ਮੇਰਾ ਐਕਸੀਡੈਂਟ ਬਹੁਤ ਭਾਰਾ ਹੋਇਆ ਸੀਗਾ। 10 ਮਹੀਨੇ ਬਾਅਦ ਮੇਰੇ ਹਸਬੈਂਡ ਮੈਂ ਬਹੁਤ ਮਸਾ ਬੱਚੀ ਸੀਗੀ ਮੇਰਾ ਮੈਨੂੰ ਪਤਾ ਸੀ ਵਿਆਹ ਤੋਂ ਪਹਿਲਾਂ ਵੀ ਇਹਨਾਂ ਨੂੰ ਪ੍ਰੋਬਲਮ ਹੈਗੀ ਆ, ਪਰ ਮੈਂ ਐਕਸੈਪਟ ਕੀਤਾ ਸੀ, ਮੈਨੂੰ ਸੀਗਾ ਵੀ ਚੱਲ ਵੀ ਹੁਣ ਮੈਨੂੰ ਪਤਾ ਮੈਂ ਇਹਨਾਂ ਦੀ ਕੇਅਰ ਕਰ ਸਕਦੀ ਹਾਂ ਜਿੱਦਾਂ ਕਿੱਦਾਂ ਕਰਕੇ, ਹੈ ਨਾ। ਸੋ ਮੈਨੂੰ ਲੱਗਦਾ ਮੇਰੇ ਨਾਲ ਮੈਂ ਉਹਦੀ ਲਾਈਫ ਐਕਸਟੈਂਡ ਕੀਤੀ ਹੈ ਜਿੱਦਾਂ ਉਹਨਾਂ ਦੇ ਹਾਲਾਤ ਸੀਗੇ। ਸੋ 17 ਸਾਲ ਵਧੀਆ ਲਾਈਫ ਜੀ ਕੇ ਗਏ ਆ, ਖੁੱਲ੍ਹ ਕੇ ਜੀ ਕੇ ਗਏ ਹੈਗੇ ਆ। ਟ੍ਰਾਂਸਪਲਾਂਟ ਉਹਨਾਂ ਦੇ ਕਾਫੀ ਹੋਏ, ਡਬਲ ਟ੍ਰਾਂਸਪਲਾਂਟ ਹੋਏ ਸੀ, ਫਿਰ ਰਿਜੈਕਸ਼ਨ ਹੋਈ, ਫਿਰ ਕਿਡਨੀ ਟ੍ਰਾਂਸਪਲਾਂਟ ਹੋਇਆ ਪੈਨਕ੍ਰੀਅਸ ਦਾ, ਫਿਰ ਐਂਡ ਤੇ ਕਿਡਨੀ ਜਿਹੜੀ ਸੀਗੀ ਉਹਨਾਂ ਦੀ ਫੇਲ ਹੋ ਗਈ, ਜਿਹੜੀ ਡੋਨਰ ਸੀਗੀ, ਤੇ ਕਾਰਡੀਅਕ ਅਰੈਸਟ ਨਾਲ ਉਹਨਾਂ ਦੀ। ਉਹਨਾਂ ਨੂੰ ਵੀ ਸ਼ੌਂਕ ਸੀਗਾ ਇਹਨਾਂ ਚੀਜ਼ਾਂ ਦਾ? ਉਹਨਾਂ ਨੂੰ ਥੋੜਾ ਮੋਟਾ ਸੀਗਾ, ਹਾਂਜੀ, ਯਾਹੀ ਉਹਨਾਂ ਨੂੰ ਟ੍ਰੈਵਲਿੰਗ ਦਾ ਜ਼ਿਆਦਾ ਸ਼ੌਂਕ ਸੀਗਾ। ਪਰ ਅਮਨ, ਅੱਜ ਕੱਲ ਜਿਹੜਾ ਹੈਗਾ ਬੜਾ ਔਖਾ ਜਿਹਾ ਕੰਮ ਆ
ਕਿਉਂਕਿ ਬਹੁਤ ਸਾਰੇ ਜਿਹੜੇ ਸਿੰਗਰਸ ਆ ਉਹ ਆਪਣੇ ਵੱਲੋਂ ਵੀ ਟਰਾਈ ਕਰਦੇ ਆ, ਇੰਡੀਆ 'ਚ ਤਾਂ ਖਾਸ ਕਰਕੇ ਕਹਿੰਦੇ ਵੀ ਕਿੱਲਾ ਵੇਚੋ ਅਤੇ ਕਲਾਕਾਰ ਬਣ ਜਾਓ, ਉਹ ਜਿੰਨਾ ਪੈਸਾ ਹੈਗਾ ਉੱਧਰ ਲਾ ਦਿੰਦੇ ਆ। ਅਤੇ ਤੁਸੀਂ ਇਕੱਲੇ ਨੇ ਇੰਨੇ ਸਾਰੇ ਸਿੰਗਰਾਂ ਦਾ ਸੋਚਿਆ ਵੀ ਜਿੰਨੇ ਵੀ ਸਿੰਗਰਸ ਹੈਗੇ ਆ ਉਹਨਾਂ ਨੂੰ ਅਸੀਂ ਪ੍ਰਮੋਟ ਕਰਾਂਗੇ, ਇਹ ਬੜਾ ਟਫ ਕੰਮ ਆ। ਹਾਂਜੀ, ਹੈ ਕੀ ਪਲਾਨ ਬਣਾਇਆ? ਮੇਰਾ ਪਲਾਨ ਇਹ ਆ ਕਿ ਅਸੀਸ ਪ੍ਰੋਡਕਸ਼ਨ ਦਾ ਮੈਂ ਬਣਾ ਬਹੁਤ ਉੱਚੀ ਲੈ ਕੇ ਜਾਣਾ ਹੈਗਾ, ਬਹੁਤ ਮਿਹਨਤ ਕਰੂੰਗੀ, ਬਹੁਤ ਚੰਗੇ ਚੰਗੇ ਮੇਰੇ ਪਲਾਨਸ ਹੈਗੇ ਆ ਕਿ ਰਹਿੰਦੀ ਦੁਨੀਆ ਤੱਕ ਅਸੀਸ ਪ੍ਰੋਡਕਸ਼ਨ ਦਾ ਨਾਂ ਰਹੂਗਾ ਜੀ। ਯਾ ਸੋ ਕਾਫੀ ਵਧੀਆ ਸਿੰਗਰਸ ਮੈਨੂੰ ਗਾਈਡ ਕਰ ਰਹੇ ਆ, ਮਾਸਟਰ ਸਲੀਮ ਵੀਰ ਜੀ ਉਹ ਮੇਰਾ ਮੇਨ ਬਿਹਾਈਂਡ ਦ ਸੀਨ ਆ, ਮੈਨੂੰ ਹਰੇਕ ਪੱਖੋਂ ਹਰੇਕ ਵਕਤ ਮੈਨੂੰ ਗਾਈਡ ਕਰ ਰਹੇ ਹੈਗੇ ਆ। ਸੋ ਆਈ ਐਮ ਯਾ ਬਹੁਤ ਵਧੀਆ ਮੈਨੂੰ ਸਪੋਰਟ ਮਿਲ ਰਿਹਾ ਹੈਗਾ ਮੀਡੀਆ ਚੋਂ, ਕਮਿਊਨਿਟੀ ਚੋਂ, ਫੈਮਿਲੀ ਤੋਂ ਵੀ ਬਹੁਤ ਵਧੀਆ ਸਪੋਰਟ। ਅੱਛਾ, ਮਾਈ ਡਾਟਰਸ ਆਰ ਸਪੋਰਟਿੰਗ ਮੀ। ਹਾਂਜੀ, ਓਕੇ। ਅੱਛਾ, ਉਹ ਵੀ ਨਾਲ ਬੱਚੀਆਂ ਅੱਜ ਹੋ ਗਈਆਂ ਦੋਨੇ ਬਹੁਤ। ਹਾਂਜੀ, ਉਹਨੂੰ ਮਤਲਬ ਹੈ ਭੈਣ ਦਾ ਦਰਦ ਹੈ? ਦਰਦ ਉਹਨੂੰ ਬਹੁਤ ਆ ਜੀ। ਸਹਿਜ ਮੇਰੀ ਬੇਟੀ ਵੱਡੀ ਬਹੁਤ ਮੈਨੂੰ ਸਪੋਰਟ ਕਰ ਰਹੀ ਆ, ਮੇਰੀ ਬੇਟੀ ਕੁਲਵਿੰਦਰ ਆਸਟ੍ਰੇਲੀਆ ਦੇ ਵਿੱਚ ਜਿਹੜੀ। ਹਾਂਜੀ ਠੀਕ ਹੈ। ਅੱਛਾ, ਉਹ ਆਸਟ੍ਰੇਲੀਆ? ਹਾਂਜੀ, ਆਸਟ੍ਰੇਲੀਆ ਦੇ ਵਿੱਚ ਆ। ਠੀਕ ਹੈ। ਉਹਨੂੰ ਵੀ ਸ਼ੌਕ ਹੈ? ਜੀ ਹਾਂਜੀ, ਉਹਨੂੰ ਬਹੁਤ, ਉਹ ਮੇਰਾ ਡਿਜੀਟਲ ਸਾਰਾ ਕੁਝ ਸੰਭਾਲ ਰਹੀ ਉੱਥੇ ਬੈਠੀ। ਉਹ ਬੱਚਿਆਂ ਨੂੰ ਜ਼ਿਆਦਾ ਪਤਾ ਹੁੰਦਾ? ਹਾਂਜੀ ਹਾਂਜੀ, ਦੈਟਸ ਗੁੱਡ, ਦੈਟਸ ਗੁੱਡ। ਸ਼ੀ ਇਸ ਹੈਂਡਲਿੰਗ ਆਲ ਮਾਈ ਡਿਜੀਟਲ, ਮਾਈ ਸੋਸ਼ਲ ਮੀਡੀਆ, ਉਹ ਸੰਭਾਲਦੀ ਆ। ਦੇਖੋ ਬੱਚੇ ਖੇਡ ਰਹੇ ਆ, ਮਾਂ ਪਿਓ ਦਾ ਜਿਹੜਾ ਸੁਪਨਾ ਹੁੰਦਾ ਨਾ ਉਹ ਇਹੀ ਹੁੰਦਾ ਵੀ ਸਾਡੇ ਬੱਚੇ ਜਿਹੜੇ ਆ ਉਹ ਹਮੇਸ਼ਾ ਹੱਸਦੇ ਖੇਡਦੇ ਰਹਿਣ, ਹੈ ਨਾ। ਜਦੋਂ ਕਿਸੇ ਨਾਲ ਟ੍ਰੈਜਡੀ ਹੁੰਦੀ ਹੈ, ਜਿਹਦੇ ਕਹਿੰਦੇ ਨਾ ਜਿਸ ਤਨ ਲਾ ਗਏ ਇਸ ਤਨ ਜਾਣੇ, ਹੈ ਨਾ। ਕਦੇ ਸੋਚਿਆ ਨਹੀਂ ਤੁਹਾਡੇ ਨਾਲ ਇਹ ਪ੍ਰੋਬਲਮ ਆਈ ਹੈ? ਬੜੀ ਬੜੀ ਵੱਡੀ ਹੈ, ਬਿਗ ਟ੍ਰੈਜਡੀ ਹੈ। ਮੈਂ ਅੱਜ ਕਦੇ ਨਹੀਂ ਸੋਚਿਆ ਸੀਗਾ ਵੀ ਮੇਰੀ ਲਾਈਫ ਇਸ ਡਾਇਰੈਕਸ਼ਨ 'ਚ ਜਾਊਗੀ। ਹਾਂਜੀ, ਮੈਂ ਕਦੇ ਇੱਦਾਂ ਹੀ ਸੀਗਾ, ਹਾਊਸ ਯੂ ਨੋ ਵਾਈਫ ਹਾਂ, ਮੈਂ ਮਦਰ ਹਾਂ ਇੱਕ, ਐਂਡ ਬਸ ਇੱਦਾਂ ਚੱਲੀ ਜਾਂਦੀ ਹੈਗੀ ਹੈ ਲਾਈਫ, ਪਰ ਕਦੇ ਸੋਚਿਆ ਨਹੀਂ ਸੀ ਮੈਨੂੰ ਲਾਈਫ ਨੇ ਇਸ ਮੋੜ 'ਤੇ ਆ ਕੇ ਖੜਾ ਕਰ ਦੇਣਾ ਹੈਗਾ। ਜੀ ਜੀ, ਯਾ 4 ਮਹੀਨਿਆਂ ਦੇ ਵਿੱਚ, ਲਾਈਕ 2 ਮਹੀਨਿਆਂ ਦੇ ਵਿੱਚ ਮੈਂ ਇਹ ਕੰਪਨੀ ਖੜੀ ਕੀਤੀ ਬੇਸਿਕਲੀ। ਓਕੇ, ਆਲਰੇਡੀ ਕੰਮ ਸ਼ੁਰੂ ਹੋ ਗਿਆ? ਸਾਰਾ ਕੁਝ ਸ਼ੁਰੂ ਹੋ ਗਿਆ ਸਰ। ਪ੍ਰੋਜੈਕਟ ਜਿਹੜੇ ਤੁਹਾਡੇ ਉਹ ਚੱਲ ਪਏ ਆ ਕਿਸ ਤਰ੍ਹਾਂ? ਪ੍ਰੋਜੈਕਟਸ ਚੱਲ ਗਏ ਆ, ਚੱਲ ਪਏ। ਮੇਰਾ ਜਿਹੜਾ ਮੇਨ ਫੋਕਸ ਰਾਈਟ ਨਾਓ, ਅਸੀਂ 25 ਤਰੀਕ ਨੂੰ ਲਾਂਚ ਕਰ ਰਹੇ ਹਾਂ ਅਸੀਸ ਪ੍ਰੋਡਕਸ਼ਨਸ ਇੱਥੇ ਨਟਰਾਜ ਬੈਂਕਰਾ। ਅੱਛਾ, ਇੱਥੇ ਬ੍ਰੈਂਪਟਨ ਚ? ਬ੍ਰੈਂਪਟਨ ਮਿਸਿਸਾਗਾ ਦੇ ਵਿੱਚ ਹੈਗਾ। ਹਾਂਜੀ, ਮਿਸਿਸਾਗਾ ਦੇ ਵਿੱਚ ਹੈਗਾ, ਤੇ ਉਹਦੇ ਵਿੱਚ ਅਸੀਂ ਉਸ ਦਿਨ ਹੀ ਅਸੀਸ ਦਾ ਜਨਮਦਿਨ ਆ, ਤੇ ਉਸ ਦਿਨ ਹੀ ਅਸੀਂ ਉਹਦਾ ਪਹਿਲਾ ਗਾਣਾ ਲਾਂਚ ਕਰ ਰਹੇ ਹਾਂ। ਬਹੁਤ ਵਧੀਆ ਸਿੰਗਰਸ ਉਸ ਗਾਣੇ ਦੇ ਨਾਲ ਜੁੜੇ ਹੋਏ ਆ ਜੀ। ਸੋ ਇਟਸ ਗੋਇੰ ਬੀ ਅ ਟੋਟਲ ਸਰਪ੍ਰਾਈਜ਼। ਅਸੀਸ ਦਾ ਪਹਿਲਾ ਗਾਣਾ ਆ ਰਿਹਾ 25 ਤਰੀਕ ਨੂੰ, ਨਾ ਅਸੀਸ ਆ। ਵੈਰੀ ਗੁੱਡ ਜੀ। ਤੁਹਾਡੇ ਨਾਲ ਕੋਈ ਕੰਟੈਕਟ ਕਰਨਾ ਹੋਵੇ, ਕੋਈ ਵੈਬਸਾਈਟ ਵਗੈਰਾ ਵੀ ਤੁਸੀਂ ਕ੍ਰੀਏਟ ਕੀਤੀ ਹੈ? ਹਾਂਜੀ, ਸੋਸ਼ਲ ਮੀਡੀਆ ਤੇ ਵੀ ਆਲ ਓਵਰ ਸਾਡਾ ਹੈਗਾ ਅਸੀਸ ਪ੍ਰੋਡਕਸ਼ਨਸ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ ਐਂਡ ਟਿਕਟੌਕ। ਤੁਸੀਂ ਉਹਦੇ ਉੱਤੇ ਮੇਰਾ ਕੰਟੈਕਟ ਨੰਬਰ ਵੀ ਹੈਗਾ, ਤੁਸੀਂ ਜਾ ਕੇ ਗੂਗਲ ਤੇ ਵੀ ਤੁਸੀਂ ਕਰ ਸਕਦੇ ਹੋ ਅਸੀਸ ਪ੍ਰੋਡਕਸ਼ਨਸ। ਅਸੀਂ ਤੁਹਾਡੇ ਨਾਲ ਬ੍ਰੈਂਪਟਨ ਟੋਰਾਂਟੋ 'ਚ ਅੱਜ ਅਸੀਸ ਬਾਰੇ ਗੱਲਬਾਤ ਕੀਤੀ ਜੀ। ਤੁਹਾਡੀ ਇੱਕ ਪਿਆਰੀ ਧੀ ਸੀ ਜਿਹੜੀ ਅੱਜ ਇਸ ਦੁਨੀਆ ਵਿੱਚ ਨਹੀਂ ਰਹੀ ਜੀ, ਉਹਦੇ ਨਾਂ 'ਤੇ ਤੁਸੀਂ ਇਹ ਸਾਰਾ ਪ੍ਰੋਜੈਕਟ ਆਪਣਾ ਚਲਾ ਰਹੇ ਹੋ, ਅਤੇ ਅਰਦਾਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਪ੍ਰੋਜੈਕਟ ਆ ਉਹ ਬਹੁਤ ਵਧੀਆ ਚੱਲੇ, ਅਤੇ ਉਸ ਵਿਛੜੀ ਹੋਈ ਆਤਮਾ ਨੂੰ, ਉਹਨੂੰ, ਉਹਦੀ ਰੂਹ ਨੂੰ ਥੋੜ੍ਹਾ ਜਿਹਾ ਸਕੂਨ ਮਿਲੇ ਕਿ ਮੇਰੀ, ਮੇਰੇ ਪਿੱਛੋਂ ਮੇਰੀ ਮਾਂ, ਮੇਰੀ ਭੈਣ ਕੀ ਕਰ ਰਹੇ ਆ, ਉਹਨਾਂ ਨੂੰ ਜਿੱਥੇ ਤੁਸੀਂ ਉਹਦੇ ਲਈ ਕੁਛ ਕਰ ਰਹੇ ਹੋ ਉਹਨੂੰ ਯਾਦ ਰੱਖਣ ਦਾ ਇਹ ਬੜਾ ਇੱਕ ਚੰਗਾ ਮੌਕਾ ਹੈਗਾ, ਉਹਨੂੰ ਸਾਰੀ ਉਮਰ ਲਈ ਯਾਦ ਕੀਤਾ ਜਾਊਗਾ। ਅਸੀਸ ਪ੍ਰੋਡਕਸ਼ਨ ਵੀ ਜਿਹੜੀ ਤੁਸੀਂ ਉਹਦੇ ਨਾਂ ਤੇ ਰੱਖੀ ਹੈ, ਵਾਕਈ ਅਸੀਸ ਸੀ। ਬਹੁਤ ਮੇਰੀ ਬੇਟੀ ਨੇ ਬਹੁਤ ਪੂਰੀ ਵਰਲਡ ਟੱਚ ਕਰਕੇ ਗਈ ਆ, ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਫੇਮਸ ਹੋ ਗਈ ਸੀਗੀ, ਕਿਉਂਕਿ 6.5 ਸਾਲਾਂ 'ਚ ਜਦੋਂ ਉਹ ਤੁਰਨਾ, ਪਹਿਲਾਂ ਉਹਨੇ ਕਦਮ ਚੁੱਕਿਆ, ਤੁਰਨਾ, ਬੋਲਣਾ ਸਿੱਖੀ ਆ। ਸੋ ਇਟ ਵਾਜ਼ ਅ ਮਿਰਕਲ,
ਤੇ ਫਿਰ ਪੂਰੀ ਵਰਲਡ ਨੂੰ ਟੱਚ ਕਰਕੇ ਗਈ ਆ, ਬਹੁਤ ਲੋਕੀ ਵੇਟ ਕਰ ਰਹੇ ਉਹਦੇ, ਯੂ نو ਪ੍ਰੋਡਕਸ਼ਨ ਕੰਪਨੀ ਐਕਸਾਈਟਿਡ ਆ ਸਾਰੇ ਜਣੇ। ਸੋ ਦੋਸਤੋ, ਅੱਜ ਅਮਨ ਬੈਂਸ ਹੋਰਾਂ ਨਾਲ ਅਸੀਂ ਬ੍ਰੈਂਪਟਨ ਕੈਨੇਡਾ ਵਿੱਚ ਗੱਲਬਾਤ ਕੀਤੀ ਆ, ਇਹਨਾਂ ਦੀ ਬੇਟੀ ਬਾਰੇ ਗੱਲਬਾਤ ਕੀਤੀ ਆ, ਅਸੀਸ ਜਿਹੜੀ ਇਸ ਦੁਨੀਆ ਵਿੱਚ ਨਹੀਂ ਰਹੀ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਊਗਾ। ਅਸੀਸ ਪ੍ਰੋਡਕਸ਼ਨ ਨੂੰ ਤੁਸੀਂ ਜ਼ਰੂਰ ਫੋਲੋ ਕਰੋ, ਅਤੇ ਇਹਨਾਂ ਦੇ ਕੋਈ ਵੀ ਸੁਝਾਅ ਹੈਗੇ ਇਹਨਾਂ ਦੇ ਫੇਸਬੁੱਕ 'ਤੇ ਵੀ ਤੁਸੀਂ ਜਾਂ ਹੋਰ ਸੋਸ਼ਲ ਮੀਡੀਆਜ਼ ਜਿਹੜੇ ਇਹਨਾਂ ਦੇ ਹੈਗੇ ਉੱਤੇ ਵੀ ਤੁਸੀਂ ਆਪਣੇ ਸੁਝਾਅ ਦੱਸ ਸਕਦੇ ਹੋ। ਤੁਹਾਨੂੰ ਗਾਉਣ ਦਾ ਸ਼ੌਂਕ ਆ ਜਾਂ ਤੁਹਾਨੂੰ ਕੋਈ ਐਕਟਿੰਗ ਦਾ ਸ਼ੌਂਕ ਆ, ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ। ਆਪਣੇ ਸੁਝਾਅ ਸਾਨੂੰ ਪੰਜਾਬ ਮੇਲ USA TV ਚੈਨਲ 'ਤੇ ਵੀ ਦੇ ਸਕਦੇ ਹੋ, ਸਾਡੇ ਵੀ ਸੋਸ਼ਲ ਮੀਡੀਆ TV ਤੋਂ ਇਲਾਵਾ ਹੈਗੇ ਆ, ਯੂਟਿਊਬ, ਫੇਸਬੁੱਕ ਜਾਂ ਹੋਰ ਸੋਸ਼ਲ ਮੀਡੀਆ ਉੱਤੇ ਆਪਣੇ ਸੁਝਾਅ ਦਿਓ, ਅਤੇ ਸਾਨੂੰ ਦੁਆਵਾਂ ਦਿਓ ਕਿ ਇਹ ਜਿਹੜੀ ਮਾਂ ਆ ਜਿਹਦੀ ਕੁੱਖ ਖਾਲੀ ਹੋ ਗਈ ਆ, ਉਹ ਉਸ ਦੀ ਯਾਦ ਨੂੰ ਹਮੇਸ਼ਾ ਇਸ ਦੁਨੀਆ ਵਿੱਚ ਰੱਖੇ। ਧੰਨਵਾਦ, ਧੰਨਵਾਦ, ਥੈਂਕ ਯੂ।